ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਮਨੁੱਖਤਾ ਦੀ ਸੇਵਾ ਸੁਸਾਇਟੀ 'ਤੇ ਅਸੀਂ ਖੜ੍ਹੇ ਹਾਂ ਜੀ ਸੰਸਥਾ 'ਤੇ। ਇਹ ਬਾਬਾ ਜੀ ਸਾਡੇ ਕੋਲ ਅੱਜ ਆਏ ਆ ਜੀ ਨਵੇਂ ਰਾਤ, ਇਹਨਾਂ ਨੂੰ ਖੰਨੇ ਤੋਂ ਛੱਡ ਕੇ ਗਏ ਆ ਵੀਰ। ਖੰਨੇ ਤੋਂ ਸਾਡੇ ਵੀਰ ਆ ਜੀ ਨਾਗਰਾ ਸਾਹਿਬ, ਵਕੀਲ ਐਡਵੋਕੇਟ ਸਾਹਿਬ ਨਾ ਹੈਗੇ ਆ ਜੀ। ਉਹ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆ ਫੇਸਬੁੱਕ ਰਾਹੀਂ। ਉਹਨਾਂ ਨੇ ਪਹਿਲਾਂ ਵੀ ਇੱਕ ਦੋ ਬੰਦਿਆਂ ਦੀ ਸਾਡੇ ਨਾਲ ਹੈਲਪ ਕਰਵਾਈ ਸੀ ਜੀ। ਅਤੇ ਆਹ ਤੁਸੀਂ ਬਾਬਾ ਜੀ ਦਾ ਪੈਰ ਦੇਖ ਸਕਦੇ ਹੋ, ਆਹ ਦੂਜਾ ਗਿੱਟਾ ਵੀ ਬਾਬਾ ਜੀ ਦਾ ਦੇਖ ਸਕਦੇ ਹੋ। ਦੋਨੇ ਪੈਰਾਂ ਦੇ ਉੱਤੇ ਬਾਬਾ ਜੀ ਦੇ ਸੱਟ ਲੱਗੀ ਹੋਈ ਸੀ ਕਾਫੀ ਜ਼ਿਆਦਾ। ਰਾਤ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀਗੇ ਬਾਬਾ ਜੀ ਤੋਂ ਆਏ ਆ ਸਾਡੇ ਕੋਲ। ਅਤੇ ਬਾਬਾ ਜੀ ਨੂੰ ਹੱਥਾਂ ਦਾ ਰੰਗ ਹੋਇਆ ਹੈ, ਹੱਥ ਬਿਲਕੁਲ ਨਹੀਂ ਬਾਬਾ ਜੀ ਦਾ, ਆਹ ਸੁੱਜਿਆ ਹੋਇਆ ਦੇਖ ਸਕਦੇ ਹੋ ਜਿਵੇਂ ਸੱਟਾਂ ਲੱਗੀਆਂ ਕਾਫੀ। ਆਹ ਦੂਜਾ ਹੱਥ ਬਾਬਾ ਜੀ ਦਾ ਲਟਕ ਰਿਹਾ ਵਾ, ਇਹਦਾ ਰੰਗ ਹੋਇਆ ਹੋਇਆ। ਬਾਬਾ ਜੀ ਦੇ ਧੂਈ ਦੇ ਉੱਤੇ ਅਸੀਂ ਬਾਬਾ ਜੀ ਬੋਲ ਵੀ ਨਹੀਂ ਪਾਉਂਦੇ, ਬੋਲਣਾ ਵੀ ਆਉਂਦਾ ਬਾਬਾ ਜੀ ਨੂੰ। ਧੂਈ ਦੇ ਉੱਤੇ ਪੂਰੀ ਤੇ ਜ਼ਖਮ ਆ ਕਾਫੀ, ਹੁਣ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ। ਬਾਬਾ ਜੀ ਨੂੰ ਹੁਣੇ ਨਵਾ ਕੇ ਹਟਿਆ ਸਫਾਈ ਕਰਕੇ। ਤੇ ਬਾਬਾ ਜੀ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ, ਬਹੁਤ ਟਾਈਮ ਤੋਂ ਨਹਾਤੇ ਨਹੀਂ ਹੋਏ ਸੀ ਬਾਬਾ ਜੀ। ਤੇ ਬਾਬਾ ਜੀ ਦੇ ਜਾਣੀ ਕਿ ਤੁਹਾਨੂੰ ਅਸੀਂ ਦੱਸ ਦਿੰਦੇ, ਸਰੀਰ ਦੇ ਉੱਤੇ ਕਾਫੀ ਹੋਰ ਵੀ ਸੱਟਾਂ ਨੇ, ਲੱਤਾਂ ਬਾਹਾਂ ਦੇ ਉੱਪਰ ਵੀ ਕਾਫੀ ਝਰੀਟਾਂ ਨੇ। ਬਾਬਾ ਜੀ ਬੋਲ ਵੀ ਨਹੀਂ ਸਕਦੇ ਕਿ ਜਿੱਦਾਂ ਪੈਰਾਲਾਈਜ਼ ਕਰਕੇ ਜਾਂ ਗੁੰਗੇ ਸੀਗੇ ਬਾਬਾ ਜੀ ਪਹਿਲਾਂ ਤੋਂ ਹੀ, ਇਹ ਆਈਡੀਆ ਕੁਛ ਵੀ। ਬਾਬਾ ਜੀ ਲਿਖ ਕੇ ਦੱਸਦੇ ਆ ਜੀ, ਅਤੇ ਬਾਬਾ ਜੀ ਨੂੰ ਕਾਪੀ ਦਿੱਤੀ ਸੀ ਇਹਨਾਂ ਨੇ, ਆਪਣਾ ਨਾਮ ਸੁਰਜੀਤ ਸਿੰਘ ਲਿਖਿਆ ਜੀ, ਅਤੇ ਹੋਰ ਬਾਬਾ ਜੀ ਨੂੰ ਪਿੰਡ ਦਾ ਨਾਮ ਵੀ ਅਸੀਂ ਕਾਫੀ ਪੁੱਛ ਕੇ ਦੇਖ ਲਿਆ ਜੀ। ਅਤੇ ਹੋਰ ਵੀ ਕਾਫੀ ਬਾਬਾ ਜੀ ਨੇ ਕੋਸ਼ਿਸ਼ ਕਰੀ ਅਸੀਂ ਲਿਖਾਉਣ ਦੀ, ਨਾਮ ਜਾਂ ਪਿੰਡ ਦਾ ਨਾਮ ਜਾਂ ਬਾਪ ਦਾ ਨਾਮ ਬਾਬਾ ਜੀ ਦੱਸ ਨਹੀਂ ਸਕੇ ਜੀ। ਅਤੇ ਇਹ ਹੁਣ ਮੁੰਡੇ ਪੱਟੀ ਕਰਨ ਲੱਗੇ ਹੋਏ ਆ ਜੀ। ਇਹਨਾਂ ਦੇ ਸੱਟਾਂ 'ਤੇ ਪਹਿਲਾਂ ਵੀ ਅਸੀਂ ਪੱਟੀ ਕੀਤੀ ਸੀ ਪਰ ਹੁਣ ਨਵਾ ਕੇ ਹਟਿਆ ਦੁਬਾਰਾ ਪੱਟੀ ਕਰਨ ਲੱਗੇ ਜੀ। ਰਾਤ ਇਸ਼ਪ੍ਰੀਤ ਸਿੰਘ ਆ ਮੁੰਡਾ ਜੀ ਆਪਣੇ ਉੱਥੋਂ ਦਰਾਹੇ ਤੋਂ ਜੀ, ਅਤੇ ਇੱਕ ਮੁੰਡਾ ਸੇਠੀ ਆ ਜੀ, ਮੁੰਡਾ ਸਨੀ, ਅਤੇ ਇੱਕ ਹੋਰ ਸੀ ਵੀਰ, ਉਹਨਾਂ ਦਾ ਮੈਨੂੰ ਹੁਣ ਨਾਮ ਨਹੀਂ ਚਾਹੀਦਾ। ਤਿੰਨੋਂ ਵੀਰ ਰਾਤ ਛੱਡ ਕੇ ਗਏ ਆ ਇੱਥੇ। ਇਹਨਾਂ ਨੂੰ ਰਾਤ 10 ਵਜੇ 11 ਵਜੇ ਖੰਨੇ ਸ਼ਹਿਰ ਤੋਂ ਚੱਕ ਕੇ, ਸਾਨੂੰ ਖੰਨੇ ਸ਼ਹਿਰ ਤੋਂ ਵਕੀਲ ਦਾ ਫੋਨ ਆਇਆ ਸੀ ਨਾਗਰਾ ਸਾਹਿਬ ਦਾ, ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਬਾਬਾ ਜੀ ਬਹੁਤ ਮਾੜੀ ਹਾਲਤ 'ਚ ਆ, ਵੀ ਮੈਂ ਪੱਟੀ ਕਰਕੇ ਆਇਆ ਉਹਨਾਂ ਦੇ, ਵੀ ਬੋਲ ਵੀ ਨਹੀਂ ਹੁੰਦਾ ਉਹਨਾਂ ਤੋਂ, ਅਤੇ ਸੱਟਾਂ ਲੱਗੀਆਂ ਹੋਈਆਂ, ਠੰਡ ਦੇ ਵਿੱਚ ਬੈਠੇ ਸੀ। ਤਾਂ ਪਰ ਜਦੋਂ ਸਾਡੇ ਨਾਲ ਉਹਨਾਂ ਦੀ ਗੱਲ ਹੋਈ, ਉਹਨਾਂ ਨੇ ਸਾਨੂੰ ਫੋਟੋਆਂ ਭੇਜੀਆਂ, ਤਾਂ ਅਸੀਂ ਸਾਡੇ ਜਿਹੜੇ ਦੋਸਤ ਆ ਆਪਣੇ ਇਸ਼ਪ੍ਰੀਤ ਹੁਣੀ ਦਰਾਹੇ ਤੋਂ, ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਇੱਕ ਬਜ਼ੁਰਗ ਉੱਥੇ ਬੈਠੇ ਆ, ਤਾਂ ਉਹ ਰਾਤ ਨੂੰ ਵਿਚਾਰੇ ਲੈ ਕੇ ਆਏ ਆਪਣੀ ਗੱਡੀ 'ਚ ਬਿਠਾ ਕੇ ਬਾਬਾ ਜੀ ਨੂੰ ਛੱਡ ਕੇ ਗਏ। ਅਤੇ ਅੱਜ ਹੁਣ ਅਸੀਂ ਬਾਬਾ ਜੀ ਦੀ ਸੇਵਾ ਕਰਕੇ ਹੁਣ ਨਵਾ ਧਵਾ ਕੇ ਬਾਬਾ ਜੀ ਨੂੰ ਤਿਆਰ ਕੀਤਾ। ਜਾਣੀ ਕਿ ਉਸ ਤੋਂ ਪਹਿਲਾਂ ਜੀ ਅਸੀਂ ਤੁਹਾਨੂੰ ਹਾਲਾਤ ਦਿਖਾਏ ਨਹੀਂ ਕਿ ਬਾਬਾ ਜੀ ਬਹੁਤ ਮਾੜੀ ਹਾਲਤ ਸੀਗੇ ਵਿਚਾਰੇ। ਅਤੇ ਆਹ ਦੇਖੋ ਤੁਸੀਂ ਆ ਕੇ ਬਾਬਾ ਜੀ ਦੇ ਸੱਟਾਂ ਦਿਖਾ ਕਰਕੇ, ਜਾਣੀ ਕਿ ਇੱਦਾਂ ਦੀਆਂ ਸੱਟਾਂ ਢੂਈ ਦੇ ਉੱਤੇ ਬਾਬਾ ਜੀ ਦੇ ਕਾਫੀ ਝਰੀਟਾਂ ਇੱਦਾਂ ਲੱਗੀਆਂ ਹੋਈਆਂ, ਐਕਸੀਡੈਂਟ ਨਾਲ ਆ ਜਾਂ ਕਿਵੇਂ ਆ ਇਹ ਕੁਛ ਨਹੀਂ ਕਹਿ ਸਕਦੇ। ਗਿੱਟੇ ਬਾਬਾ ਜੀ ਦੇ ਦੋਨੇ ਸਾਈਡਾਂ ਤੋਂ ਬਾਹਰਲੇ ਪਾਸੇ ਜ਼ਖਮ ਆ ਗਿੱਟਿਆਂ 'ਤੇ, ਇੱਧਰ ਵੀ ਉੱਧਰਲੇ ਗਿੱਟੇ 'ਤੇ ਵੀ ਸੇਮ, ਅਤੇ ਕਾਫੀ ਤਕਲੀਫ 'ਚ ਆ ਬਾਬਾ ਜੀ ਵਿਚਾਰੇ। ਆਹ ਹੱਥ ਬਹੁਤ ਸੁੱਜਿਆ ਹੋਇਆ ਬਾਬਾ ਜੀ ਦਾ, ਪੈਰ ਵੀ ਬਹੁਤ ਸੁੱਜਿਆ ਹੋਇਆ, ਹੁਣ ਐਕਸੀਡੈਂਟ ਪਤਾ ਲੱਗ ਸਕਦੀ ਹੈ ਵੀ ਇਹ ਸੱਟਾਂ ਕਾਹਦੀਆਂ ਨੇ, ਕਿਸ ਕਰਕੇ ਨੇ। ਆਹ ਹੱਥ ਤਾਂ ਬਾਬਾ ਜੀ ਦਾ ਬਿਲਕੁਲ ਹੀ ਡੈੱਡ ਆ ਜੀ, ਪਹਿਲਾਂ ਤੋਂ ਹੀ ਪੈਰਾਲਾਈਜ਼ ਹੋਇਆ ਲੱਗਦਾ। ਅਤੇ ਬਾਬਾ ਜੀ ਦੀ ਹਾਲਤ ਕਾਫੀ ਮਾੜੀ ਸੀਗੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰੀ ਹੈ ਜੀ ਸਾਡੀ ਟੀਮ ਨੇ, ਅਤੇ ਹੁਣ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹਨਾਂ ਦਾ ਇਲਾਜ ਕਰਵਾਵਾਂਗੇ, ਜੋ ਬਣਦਾ ਇਲਾਜ ਇਹਨਾਂ ਨੂੰ ਹੋਸਪਿਟਲ 'ਚ ਸਵੇਰੇ ਦਾਖਲ ਕਰਾ ਕੇ ਕਰਵਾਇਆ ਜਾਵੇਗਾ ਜੀ। ਅਤੇ ਅਸੀਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਕਰੋ ਜੀ, ਵੀ ਇਹ ਠੀਕ ਹੋ ਸਕਣ ਜੀ। ਇਹ ਨਾਮ ਆਪਣਾ ਸੁਰਜੀਤ ਸਿੰਘ ਦੱਸਦੇ ਆ ਜੀ, ਲਿਖ ਕੇ ਹੀ ਦੱਸਿਆ ਇਹਨਾਂ ਨੇ, ਪਿੰਡ ਇਹਨਾਂ ਦਾ ਪਤਾ ਨਹੀਂ, ਜੇ ਇਹਨਾਂ ਨੂੰ ਪਹਿਚਾਣਦਾ ਹੋਵੇ ਤਾਂ ਜਾਂ ਕੋਈ ਦੇਖ ਕੇ ਪਛਾਣ ਸਕਦਾ ਵੀ ਇਹ ਕਿਹੜੇ ਪਿੰਡ ਦੇ ਆ, ਤਾਂ ਸਾਨੂੰ ਜ਼ਰੂਰ ਸੰਪਰਕ ਕਰਿਓ ਜੀ। ਸਾਡਾ ਨੰਬਰ 97-803-000-72 ਨੰਬਰ ਆ ਜੀ ਸਾਡਾ, ਜਿਵੇਂ ਕਿ ਪੇਜ 'ਤੇ ਵੀ ਦਿੱਤਾ ਹੋਇਆ ਨੰਬਰ ਆ। ਅਤੇ ਬਾਬਾ ਜੀ ਦਾ ਹਾਲਤ ਕਾਫੀ ਮਾੜੀ ਸੀ, ਕਿਉਂਕਿ ਇੱਕ ਤਾਂ ਉਮਰ ਕਾਫੀ ਆ, ਇੱਕ ਠੰਡ ਬਹੁਤ ਜ਼ਿਆਦਾ, ਇੱਕ ਉੱਪਰ ਦੀ ਸੱਟਾਂ ਬਾਬਾ ਜੀ ਦੇ ਕਾਫੀ ਜ਼ਿਆਦਾ ਲੱਗੀਆਂ ਹੋਈਆਂ, ਅਤੇ ਇੱਕ ਦਰੰਗ ਹੋਇਆ ਹੋਇਆ ਬਾਬਾ ਜੀ ਦੀ, ਆਹ ਸਾਈਡ ਚੱਲਦੀ ਨਹੀਂ ਬਿਲਕੁਲ ਹੀ, ਲੱਤ ਵੀ ਘੱਟ ਚੱਲਦੀ ਹੈ ਕੰਮ ਕਰਦੀ, ਹੱਥ ਤਾਂ ਬਿਲਕੁਲ ਹੀ ਡੈੱਡ ਆ ਜੀ ਇਸ ਸਾਈਡ ਦਾ। ਅਤੇ ਬਾਬਾ ਜੀ ਦੀ ਜੇ ਕੋਈ ਵੀਰ ਪਛਾਣਦਾ ਹੋਵੇ ਤਾਂ ਜ਼ਰੂਰ ਮਦਦ ਕਰੇ ਜੀ, ਆਹ ਨੇੜਿਓ ਕਰਕੇ ਫੇਸ ਦਿਖਾਓ। ਅਤੇ ਜਾਣੀ ਕਿ ਬਾਬਾ ਜੀ ਕਾਫੀ ਦਰਦ ਦੇ ਵਿੱਚੋਂ ਨਿਕਲ ਰਹੇ ਆ ਜੀ, ਅਤੇ ਇੰਨੀਆਂ ਬੇਨਤੀਆਂ ਕਰਨੀਆਂ ਤੁਹਾਨੂੰ ਦੱਸਣਾ ਸੀਗਾ ਵੀ ਜੇ ਕੋਈ ਵੀਰ ਪਛਾਣਦਾ ਹੋਵੇ ਤਾਂ ਸੰਪਰਕ ਜ਼ਰੂਰ ਕਰੇ ਜੀ, ਕਿਉਂਕਿ ਉਮਰ
ਕਾਫੀ ਹੈ ਬਾਬਾ ਜੀ ਪੰਜਾਬੀ ਹੈਗੇ ਆ ਬੋਲਦੇ ਆ ਜਿੰਨੀ ਕੁ ਸਮਝਦੇ ਆ ਸਾਡੀ ਗੱਲ ਬੋਲਣਾ ਆਉਂਦਾ ਨਹੀਂ ਇਹਨਾਂ ਨੂੰ ਲਿਖਦੇ ਪੰਜਾਬੀ ਚ ਸੁਰਜੀਤ ਸਿੰਘ ਇਹਨਾਂ ਨੇ ਲਿਖ ਕੇ ਸਾਨੂੰ ਨਾਮ ਦੱਸਿਆ ਆਪਣਾ ਹੱਥ ਦੇ ਉੱਪਰ ਇਹਨਾਂ ਦੇ ਇੱਕ ਓਂਕਾਰ ਬਣਾਇਆ ਹੋਇਆ ਜੀ ਅਤੇ ਆਹ ਦੇਖ ਸਕਦੇ ਹੋ ਤੁਸੀਂ ਅਤੇ ਜੇ ਕੋਈ ਪਛਾਣਦਾ ਹੋਵੇ ਖੰਨੇ ਤੋਂ ਮਿਲਿਆ ਸਾਨੂੰ ਖੰਨੇ ਸ਼ਹਿਰ ਤੋਂ ਵੀਰ ਛੱਡ ਕੇ ਗਏ ਰਾਤ ਸਾਡੇ ਕੋਲ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।